ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਤੋਂ ਕਰੋੜਾਂ ਰੁਪਏ ਲੈ ਕੇ ਰਫੂ ਚੱਕਰ ਹੋ ਜਾਣ ਵਾਲੀ ਇੱਕ ਔਰਤ ਨੂੰ ਤਰਨ ਤਾਰਨ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੋ ਹਜੇ ਤੱਕ ਪੰਜਾਬ ਦੇ ਕਈ ਲੋਕਾਂ ਨੂੰ ਬੇਵਕੂਫ ਬਣਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕੀ ਹੈ ਅਤੇ ਜਿਸ ਦੇ ਖਿਲਾਫ਼ ਵੱਖ ਵੱਖ ਥਾਣਿਆਂ ਦੇ ਵਿੱਚ ਮੁਕੱਦਮੇ ਦਰਜ ਨੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ SP ਗੁਰਨਾਮ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਔਰਤ ਦਾ ਨਾਮ ਰਾਜਵਿੰਦਰ ਕੌਰ ਹੈ ਅਤੇ ਕਈਆਂ ਸਾਲਾਂ ਤੋਂ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਤੋਂ ਮੋਟੀਆਂ ਰਕਮਾਂ ਲੈ ਕੇ ਰਫੂ ਚੱਕਰ ਹੋ ਜਾਂਦੀ ਸੀ। ਪੁਲਿਸ ਮੁਤਾਬਕ ਇਹ ਔਰਤ ਹੁਣ ਤੱਕ ਲਗਭਗ 2 ਕਰੋੜ ਤੋਂ ਜ਼ਿਆਦਾ ਦੀ ਠੱਗੀ ਮਾਰ ਚੁੱਕੀ ਹੈ। ਸਾਡੇ PO ਸਟਾਫ ਦੇ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਰਾਜਵਿੰਦਰ ਕੌਰ ਆ ਬਾਸੀ ਧੀਰੇਕੋਟ ਦੀ ਰਹਿਣ ਵਾਲੀ ਆ। ਇਹਦੇ ਖਿਲਾਫ਼ ਥਾਣਾ ਗੋਬਿੰਦਵਾਲ ਵਿਖੇ ਮੁਕੱਦਮਾ ਨੰਬਰ 10 ਮਿਤੀ 3/1/17 ਅੰਡਰ ਸੈਕਸ਼ਨ 420-406 ਦਰਜ ਆ। ਇਹ ਇਸ ਮੁਕੱਦਮੇ 'ਚ PO ਬਣ ਚੁੱਕੀ ਆ। ਇਹਨੇ ਰੇਡ ਕਰਕੇ ਉਹਨੂੰ ਗ੍ਰਿਫਤਾਰ ਕੀਤਾ। ਕਰ ਇਹਨੇ ਸਤਵਿੰਦਰ ਸਿੰਘ ਵਾਸੀ ਫਤਿਹਾਬਾਦ ਦਾ ਸੀ, ਇਹਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰੀ ਸੀ, 5 ਲੱਖ ਦੀ ਠੱਗੀ ਮਾਰੀ ਸੀ। ਇਹਨੂੰ ਕੱਲ੍ਹ ਗ੍ਰਿਫਤਾਰ ਕਰਕੇ ਤੋਂ ਪੁੱਛਗਿੱਛ ਕੀਤੀ। ਇਹਦੇ ਖਿਲਾਫ਼ ਆਲਰੇਡੀ ਮੁਕੱਦਮੇ 4 ਦਰਜ ਆ। ਇੱਕ ਥਾਣੇ ਭੋਗਪੁਰ ਜਲੰਧਰ 'ਚ ਆ, ਉੱਥੋਂ ਇਹਨੇ 44 ਲੱਖ ਦੀ ਠੱਗੀ ਮਾਰੀ ਸੀ। ਥਾਣਾ ਕੋਟਕਪੁਰ ਹੈ, ਇੱਥੋਂ 3 ਲੱਖ ਦੀ ਠੱਗੀ ਮਾਰੀ ਸੀ। ਥਾਣਾ ਫਿਰੋਜ਼ਪੁਰ ਜ਼ਿਲ੍ਹੇ 'ਚ ਕੁਲਗੜੀ ਆ, ਉੱਥੋਂ ਵੀ ਇਹਨੇ 1,55,00,000 ਦੀ ਠੱਗੀ ਮਾਰੀ ਹੈ। ਅਤੇ ਇਹ ਤੋਂ ਇਲਾਵਾ ਇੱਕ ਪਟਿਆਲੇ 'ਚ ਹੈਗਾ ਕਤਵਾਲੀ ਥਾਣਾ, ਉੱਥੋਂ ਵੀ 3 ਲੱਖ ਦੀ ਠੱਗੀ ਮਾਰੀ ਆ। ਕੁੱਲ ਹੁਣ ਤੱਕ ਇਹਨੇ ਕਰੀਬ 2 ਕਰੋੜ 10 ਲੱਖ ਦੀ ਠੱਗੀ ਮਾਰ ਚੁੱਕੀ।